ਸਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ ਮੈਂ ਹਾਂ ਰੁਪਿੰਦਰ ਕੌਰ ਬੀਤੇ ਕਈ ਮਹੀਨੇ ਤੋਂ NAFTA ਸੰਬੰਧੀ US ਅਤੇ ਕੈਨੇਡਾ ਵਿਚਕਾਰ ਗੱਲਬਾਤ ਚੱਲ ਰਹੀ ਹੈ ਇਸ ਗੱਲਬਾਤ ਤੇ ਕਾਫੀ ਰਾਉਂਡਸ ਹੋ ਚੁੱਕੇ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਸਾਫ਼ ਕਰ ਦਿੱਤਾ ਹੈ ਕਿ NAFTA ਸੰਬੰਧੀ ਕੋਈ ਵੀ ਗੱਲਬਾਤ ਉਦੋਂ ਤੱਕ ਸਿਰੇ ਨਹੀਂ ਚੜ੍ਹ ਸਕਦੀ ਜਦੋਂ ਤੱਕ ਦੋਨੋਂ ਦੇਸ਼ਾਂ ਦੇ ਹਿੱਤ ਦੀ ਗੱਲ ਨਹੀਂ ਹੁੰਦੀ ਹੁਣ ਕੀ ਕੁਝ ਚੱਲ ਰਿਹਾ ਹੈ ਨਾਫਟਾ ਸੰਬੰਧੀ ਐਸੇ ਸੰਬੰਧੀ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਮਿਸਟਰ ਆਫ ਸਾਇੰਸ ਇਨੋਵੇਸ਼ਨ ਐਂਡ ਇਕਨੋਮਿਕ ਡਿਵੈਲਪਮੈਂਟ ਨਵਦੀਪ ਪੈਂਸ हेलो एंड वेलकम टू बीटीसी थैंक यू वेरी मच रिपेंद्र Glad to be on the show जी इट्स प्लेजर इज ऑल आवर आफटा संबंधी जे गल बात करिए ता प्राइम मिनिस्टर जस्टिन ट्रूडो ते प्रेसिडेंट ट्रम्प ने ए साफ कर देता है कि जबो तक दोनों देशां दे हितों दी गल नहीं होंदी ओतो तक ए डील सिरे नहीं चढ़ सकती जी. काफी गेर दी गल बात जेडी है हो चुकी है पर हजे तक असि कोई नतीजे सामने नहीं देख रहे सो व्हाट्स अपडेट ऑन आफटा so you know the prime minister trudeau has met with president trump we've been talking about modernizing and updating nafta he said day want to nishana but if you take a step back that how can we create better market access for businesses which means more jobs which means it's better for our economy. Mm -hmm. So I see that Canada uh, free trade agreement, Europe, and I'll complete kita, which is a big mm -hmm. free trade agreement. I see Asia, then I'll complete it under CPTPP. So there are two markets, but the main market is United States. The kriben sa di kya do 70% to jada sa di economy, economy aling tiya United States na. So nafta nu the kriben honto 30 saal din ede hoto 25 saal hoto chale jee and 25 saalan the bed sa economy three times. ਜਾਦਾ ਗਰੋ ਹੋਈ ਆ ওভারঅল ਸੋ ਤਿੰਨਾ ਮਲਕਾਂ ਨੂੰ ਫਾਇਦਾ ਮੈਕਸੀਕੋ ਨੂੰ ਵੀ ਫਾਇਦਾ ਰਿਹਾ ਜੀ ਯੂਐਸ ਨੂੰ ਵੀ ਤੇ ਕੈਨੇਡਾ ਨੂੰ ਵੀ ਜੀ ਬਹੁਤ ਜੌਬਸ ਕ੍ਰੀਏਟ ਹੋਈਆਂ ਸਾਡੇ ਜਿਹੜੇ ਬਿਜ਼ਨੈਸੇਜ਼ ਆ ਕਾਫੀ ਯੂਐਸ ਸਟੇਟਸ ਨਾਲ ਬਿਜ਼ਨਸ ਕਰਦੇ ਐਂਡ ਯੂਐਸ ਦੇ ਜਿਹੜੇ ਸਟੇਟਸ ਆ ਉਹ ਕਾਫੀ ਕੈਨੇਡਾ ਨਾਲ ਇੰਗੇਜਡ ਆ ਐਂਡ ਅੱਜ ਸਵੈਰੀ ਮੈਂ ਗਵਰਨਰ ਬੈਵਨ ਨਾਲ ਗੱਲ ਕਰ ਰਿਹਾ ਸੀਗਾ ਕੰਟੈਕੀ ਦਾ ਗਵਰਨਰ ਆ ਕਿਉਂਕਿ ਕੰਟੈਕੀ ਦੇ ਵਿੱਚ ਉਹਨਾਂ ਦਾ ਮੇਜਰ ਕਸਟਮਰ ਕੈਨੇਡਾ ਹੈ ਜਸਟ ਲਾਈਕ 36 ਅਦਰ yeah. ਸਟੇਟਸ ਐਂਡ ਮੇਜਰ ਉਹਨਾਂ ਦੀ ਐਕਸਪੋਰਟ ਇੰਡਸਟਰੀ ਹੈਗੀ ਆਟੋਮੋਟਿਵ ਸੈਕਟਰ ਜਿਹੜੀ ਕਿ ਆਪਣੇ ਕੈਨੇਡਾ ਦੇ ਵਿੱਚ ਫੋਰਡ ਦੀ ਬਹੁਤ ਪਪੂਲਰ ਵਹੀਕਲ F150 ਉਹ ਕੰਟਾਕੀ ਦੇ ਵਿੱਚ ਬਣਦੀ ਹੈ ਜੀ ਸੋ ਇੱਥੇ ਐਕਸਪੋਰਟ ਕਰਦੇ ਆ ਐਂਡ ਅਸੀਂ ਇੰਪੋਰਟ ਕਰਦੇ ਆ ਵਹੀਕਲ ਸੋ ਵੀ ਅੰਡਰਸਟੈਂਡ ਕਿ ਦਿਸ ਇਜ਼ ਸੋ ਇੰਪੋਰਟ ਸੋ ਜਦੋਂ ਵੀ ਅਸੀਂ ਗੱਲ ਕੀਤੀ ਹੈ ਪ੍ਰੈਜ਼ੈਂਟ ਟ੍ਰੱਪ ਨਾਲ ਅਸੀਂ ਇਹ ਕਿਹਾ ਕਿ ਲੋਕ ਅਸੀਂ ਤੁਹਾਨੂੰ ਬੈਠਣ ਨੂੰ ਤਿਆਰ ਹੈ ਵੀ ਵਿਲਿੰਗ ਟੂ ਮਾਡਰਨਾਈਜ਼ ਨਾਫਟਾ ਅਸੀਂ ਚਾਹੁੰਦੇ ਆ ਕਿ ਆ ਕੈਨੇਡਾ ਨੂੰ ਵੀ ਫਾਇਦਾ ਹੋਵੇ ਤੇ ਯੂਐਸ ਨੂੰ ਵੀ ਫਾਇਦਾ ਹੋਵੇ ਕਿਹੜੇ ਕਿਹੜੇ ਇਸ਼ੂਸ ਬਾਰੇ ਗੱਲ ਕਰਨਾ ਚਾਹੁੰਦੇ ਆ ਪਰ ਇੱਕ ਦੋ ਇਸ਼ੂਆਂ ਤੇ ਅਸੀਂ ਬੜੇ ਸਖਤ ਸਟੈਂਡ ਲਾ ਚੁੱਕੇ ਆ ਕਿ ਅਸੀਂ ਚਾਹੁੰਦੇ ਆ ਕਿ ਉੱਤੇ ਕੋਈ ਕੰਪਰਮਾਈਜ਼ ਨਾ ਹੋਇਆ ਆ ਪਿਛਲੇ ਦਿਨਾਂ ਤੋਂ ਲੱਗ ਕੇ ਪ੍ਰਾਈਮਰੀ ਸਟੂਡਿਓ ਨੇ ਕਾਫੀ ਕਲੀਅਰ ਟਰੰਗ ਦੇ ਨਾਲ ਲੋਕਾਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਚੈਪਟਰ 19 ਹੈ ਜੀ ਉਹ ਬੇਸਿਕਲੀ ਡਿਸਪੂਟ ਮੈਕਨਿਜ਼ਮ ਆ ਜੇ ਕੱਲ ਨੂੰ ਕੋਈ ਸਰਕਾਰ ਡਿਊਟੀਆਂ ਲੌਂਦੀ ਆ ਕਿਸੇ ਇੰਡਸਟਰੀ ਤੇ ਜਾਂ ਕਿਸੇ ਕੰਪਨੀ ਤੇ ਥੈਟ ਕੋਈ ਆਬਜੈਕਟਿਵ ट्राइब्यूनल चाहिए जिथे जाके अपने जे ड्यूट्स नजोॉल्व कर सके ये बहुत जरूरी है नाट कि नैससिटली डिस्प्यूट्स बहुत होंगे पर इट प्रिवेंट्स गवर्नमेंट्स एंड बिजनेसि Uh, to act in a bad way and on a trade relationship ਜਿਵੇਂ ਪੈਨਲ ਸਥਾਪਿਤ ਕਰ ਦਿੱਤਾ ਜਾਂਦਾ ਹੈ ਤਾਂ ਕਿ ਪੂਰੀ ਕਿਸ ਕੰਟਰੀ ਨੂੰ ਇਨਵੋਲਵ ਨਾ ਹੋਣਾ ਪਏ ਤੇ ਉਹ ਪੈਨਲ ਉਸ ਨੂੰ ਸੌਟ ਆਊਟ ਕਰ ਦਿੱਤਾ ਜਾਏ ਬਿਲਕੁਲ ਜੀ ਸੋ ਇਸ ਇਸ਼ੂ ਤੇ ਅਸੀਂ ਕਾਫੀ ਸਖਤ ਲਾਈਨ ਲਈ ਆ ਸਨਸੈਟ ਕਲਾਜ਼ ਆ ਉਹ ਰਾ ਭਾਵੇਂ ਕਹਿੰਦਾ ਹੈ ਕਿ ਹਰ 5 ਸਾਲਾਂ ਬਾਅਦ ਉਹ ਚਾਹੁੰਦੇ ਸੀਗੇ ਕਿ ਫਿਰ ਨਾਫਟਨ ਨੂੰ ਰੀਨੇਗੋਸ਼ੀਏਟ ਕੀਤਾ ਜਾਵੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਨਵੈਸਟਮੈਂਟ ਲਈ ਬਿਜ਼ਨਸ ਲਈ ਮਾਰਕੀਟ ਲਈ ਚੰਗੀ ਚੀਜ਼ ਨਹੀਂ ਪਰ ਮੋਰ ਫੌਨਲੀ ਵਰਕਰਸ ਲਈ ਚੰਗੀ ਚੀਜ਼ ਹੈ ਕਿ ਹਰ ਪੰਜ ਸਾਲ ਬਾਅਦ ਇਹੇ ਮੜਕੀ ਕਹਾਣੀ ਚੱਲਦੀ ਰਹੇ ਇਹ ਡਿਜ਼ਿੰਟ ਕ੍ਰੀਏਟ ਥੈਟ ਸਸਟੇਨੇਬਲ ਰਿਲੇਸ਼ਨਸ਼ਿਪ ਫॉर ਇਨਵੈਸਟਮੈਂਟ ਸੋ ਸਨ ਵੀ ਨੁਕਸਾਨ ਹੈ ਯੂਐਸ ਨੂੰ ਤੇ ਮੈਕਸੀਕੋ ਨੂੰ ਵੀ ਨੁਕਸਾਨ ਹੈ ਸੋ ਪ੍ਰਾਈਮ ਮਿਨਿਸਟਰ ਨੇ ਬੜੀ ਕਲੀਅਰ ਲੈਂਗੁਏਜ ਨਾ ਕਿਹਾ ਹੈ ਕਿ ਲੁੱਕ ਅ ਗੁੱਡ ਡੀਲ ਇਜ਼ ਵਾਟ ਵੀ ਵਾਂਟ অর ਨੋ ਡੀਲ ਸੋ ਅਸੀਂ ਇਹ ਜਿਹੜੀ ਆਪਣੀ ਐਕਸਪੈਕਟੇਸ਼ਨ ਹੈ ਯੂਐਸ ਨਾਲ ਯੂਐਸ ਕਾਉਂਟਰਪਾਰਟਸ ਨਾਲ ਸ਼ੇਅਰ ਕਰਿਆ ਮੈਨੂੰ ਬਹੁਤ ਹੀ ਮੌਕਾ ਮਿਲੇ ਯੂਐਸ ਜਾਣ ਦਾ ਮੇਰੇ ਜਿਹੜਾ ਕਾਉਂਟਰਪਾਰਟ ਇਸ ਸਕੱਟਰੀ ਆਫ ਸਟੇਟ ਰੋਸ ਆਫ ਕਾਮਰਸ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਵੀ ਵਾਰ-ਵਾਰ ਇਹ ਦੱਸਿਆ ਕਿ ਲੋਕ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਇਕਨੋਮੀਆਂ ਯਾ ਬਹੁਤ ਇੰਟੀਗ੍ਰੇਟਡ ਐਂਡ ਵੀ ਨੀਡ ਟੂ ਕੰਟੀਨਿਊ ਟੂ ਵਰਕ ਟੂਗੇਦਰ ਤਾਂ ਸਾਡੇ ਜਿਹੜੇ ਆਪਣੇ 네ਗੋਸ਼ੀਏਸ਼ਨਸ ਚੱਲਦੀ ਹੈ ਗੁੱਡ ਫੇਸ ਚ ਹੋਣ ਜਿੱਥੇ ਦੋਨੋਂ ਮੁਲਕਾਂ ਨੂੰ ਜਿੱਤੇਨਾਂ ਮੁਲਕਾਂ ਨੂੰ ਫਾਇਦਾ ਹੋਵੇ ਜੀ ਬਿਲਕੁਲ ਅਸੀਂ ਵੀ ਕਿਉਂਕਿ ਬੀਤੇ ਦਿਨ ਇਹ ਹੀ ਦੇਖਿਆ ਕਿ ਪ੍ਰਾਈਮ ਮਿਨਿਸਟਰ ਨੇ ਬਾਰ-ਬਾਰ ਸਪੈਸੀਫਾਈ ਕੀਤਾ ਹੈ ਕਿ ਜੇ ਗੁੱਡ ਡੀਲ ਹੋਏਗੀ ਤਾਂ ਹੀ ਹੋਏਗੀ ਅਦਰਵਾਈਜ਼ ਨਹੀਂ ਹੋਏਗੀ ਬਟ ਚੈਪਟਰ 19 ਦੀ ਜਿਵੇਂ ਤੁਸੀਂ ਗੱਲ ਕੀਤੀ ਤਾਂ ਉਸ ਤੋਂ ਬਾਅਦ ਇੱਕ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਚੈਪਟਰ 19 ਨੂੰ ਬਚਾਇਆ ਜਾਏ ਐਸ ਲਈ ਕਦਮ ਚੁੱਕੇ ਜਾ ਰਹੇ ਨੇ ਬਟ ਜਿਹੜਾ origignal mechanism ਹੈ ਉਹ ਕਿੰਨਾ ਬੈਨੀਫੀਸ਼ੀਅਲ ਹੈ ਜਾਂ ਉਸ ਨੂੰ ਇੰਨਾ ਰੱਖਣਾ ਚਾਹੀਦਾ ਹੈ ਇਸ ਸੰਬੰਧੀ ਜੀ ਡਿਟੇਲਸ ਚ ਜਾਣਨਾ ਚਾਹੀਏ ਆ ਬਿਲਕੁਲ ਆਈ ਥਿੰਕ ਇਹਦਾ ਫਾਇਦਾ ਇਸ ਕਰਕੇ ਹੈ ਕਿ ਕਿ ਜਦੋਂ ਵੀ ਤੁਸੀਂ ਕਿਸੇ ਮੁਲਕ ਨਾਲ ਟ੍ਰੇਡ ਕਰਦੇ ਆ ਤਾਂ ਆਬਵੀਸਲੀ ਗੁੱਡ ਫੀਚ ਹੈ ਤੁਹਾਡੀ ਅਰੇਂਜਮੈਂਟ ਹੁੰਦੀ ਹੈ ਪਰ ਕਦੀ ਕਦੀ ਸਮੇ ਦੇ ਨਾਲ ਜਦੋਂ ਲੌਬੀ ਹੁੰਦੀ ਹੈ ਕਿਸੇ ਇੰਡਸਟਰੀ ਦੇ ਕਿਸੇ ਬਿਜ਼ਨਸ ਦੀ ਸਰਕਾਰ ਤੇ ਜਾਂ ਸਟੇਟ ਲੈਵਲ ਤੇ ਤਾਂ ਉਹ ਕਦੀ ਵੀ ਟੇਰਾ ਫਲਾਉਂਦੇ ਆ ਜਾਂ ਕੋਈ ਸਬਸਿਡੀ ਪ੍ਰੋਵਾਈਡ ਕਰਦੇ ਜਿਸ ਦੇ ਨਾਲ ਉਹ ਮਾਰਕੀਟ ਨੂੰ ਡਿਸਟੋਰਟ ਕਰਦੇ ਔਰ ਰਿਲੇਸ਼ਨਸ਼ਿਪ ਨੂੰ ਕੰਪਰੋਮਾਈਜ਼ ਕਰਦੇ ਆ ਉਹਲੇ ਕੋਈ ਇਦਾਂ ਦੀ ਇੰਡੀਪੈਂਡੈਂਟ ਇਨਪਾਰਸ਼ਲ ਪੈਨਲ ਚਾਹੀਦਾ ਜਿੱਥੇ ਉਹ ਏਵੈਲਿਊਏਟ ਕਰ ਸਕਣ ਫੈਕਟਸ ਨੂੰ ਐਂ ਤਾਂ ਕਰਕੇ ਡਿਸਪਿਊਟ ਜਿਹੜਾ ਚਾਹੀਦਾ ਹੈ ਮੈਕੈਨਿਜ਼ਮ ਬਹੁਤ ਜ਼ਰੂਰੀ ਆ ਚੈਪਟਰ 19 ਇਹ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਛੋਟੇ ਆ Compared to the U.S. 37 mm million, they are ten times as much as us, so the market is ten times bigger than us. So we need something to make sure that there is, if hovina win, a population, a economy, then you can kind of retaliate. We don't want to retaliate, we don't want tariffs, we don't want the disputes to continue to go on. So this mechanism is very protects businesses, protects governments, but more importantly it protects workers. ਜੀ ਜਿਸ ਤਰ੍ਹਾਂ ਚੈਪਟਰ 19 ਦੀ ਗੱਲ ਹੋ ਰਹੀ ਹੈ ਉਸ ਤਰ੍ਹਾਂ ਕਲਚਰਲ ਐਗਜ਼ੈਂਪਸ਼ਨ ਦੀ ਵੀ ਗੱਲ ਹੋ ਰਹੀ ਹੈ ਕਿ ਜਿਹੜੀਆਂ ਕੁਝ ਸੇਵਾਵਾਂ ਨੂੰ ਉਹਨਾਂ ਤੋਂ ਬਾਹਰ ਰੱਖਿਆ ਜਾਏ ਟ੍ਰੇਡ ਦੀ ਸ਼੍ਰੇਣੀ ਵਿੱਚ ਉਹਦੇ ਨਾਲ ਕੈਨੇਡਾ ਨੂੰ ਕੀ ਫਾਇਦਾ ਹੋ ਸਕਦਾ ਫਰਸਟ ਆਫ ਆਲ ਸਾਡੀ ਆਈਡੈਂਟੀਟੀ ਕੈਨੇਡਾ ਦੇ ਵਿੱਚ ਅਸੀਂ ਸਪੈਸ਼ਲਿਕ ਕਬੈਕ ਦੇ ਵਿੱਚ ਜਿਹੜੀ ਕਲਚਰਲ ਆਈਡੈਂਟੀਟੀ ਆ ਲੈਂਗੁਏਜ ਆ ਬਾਈਲਿੰਗਵੋ ਕੰਟਰੀ ਵੀ ਬਲੀਵ ਇਨ ਮਲਟੀਕਲਚਰਲਿਜ਼ਮ ਯੂਐਸ ਦੇ ਵਿੱਚ ਮੈਲਟਿੰਗ ਪਾਟ ਏਰੀਆ ਐਂਡ ਸੋ ਅਸੀਂ ਜਿਹੜੇ ਆਪਣੇ ਕਲਚਰਸ ਆ ਸਟੋਰੀਜ਼ ਆ ਹਿਸਟਰੀ ਆ अपने एक तरह की सॉवरटी एक्सरसाइज करना चाहते हैं थ्रू म्यूजिक एंड आर्ट्स एंड एंटरटेनमेंट थ्रू आर्ट्स स्पेसिफिकली वी वाण मेक श्योर कि जो कोई पॉलिसी पेश करते हैं जो कोई प्रोग्राम लागू करते हैं जो कोई इनिशिएटिव अगे लिया उस ब्लॉक ना कर सकन सो ओले अस एग्जैम्पन कहने क्रेड करने तैयार हैं ਕਿ ਜਿੱਥੇ ਸਾਡੀ ਕੌਲਚਰ ਇੰਡਸਟਰੀਜ਼ ਹੈ ਜੈਸੂਨ ਚ ਇਨਵੈਸਟਮੈਂਟ ਕਰਦੇ ਜਾਂ ਆਪਣੇ ਕਰੀਨਿੰਗ ਹਾਊਸ ਨੂੰ ਪ੍ਰੋਮੋਟ ਕਰਦੇ ਆ ਕੱਲ ਨੂੰ ਅਸੀਂ ਨਹੀਂ ਚਾਹੁੰਦੇ ਕੋਈ ਯੂਐਸ ਕੰਪਨੀ ਜੋ ਯੂਐਸ ਸਰਕਾਰ ਸਾਨੂੰ ਸੂਕ ਕਰੇ ਜਾਂ ਸਾਨੂੰ ਕਿਸ ਤਰ੍ਹਾਂ ਨੁਕਸਾਨ ਪੰਚਾਵੇ ਸੋਲੇ ਸੀ ਐਗਜ਼ੈਂਪਸ਼ਨ ਮੰਗੀ ਆ ਇਹ ਐ ਬ੍ਰਾਈਨ ਰੂਲੀ ਦੇ ਸਮੇਂ ਦੇ ਬੱਲੇ ਵੀ ਇਹ ਗੱਲ ਕਾਫੀ ਚੱਕੀ ਸੀ ਜਦੋਂ ਰਾਨੋ ਰੇਗਨ ਨਾਲ ਨੇਗੋਸ਼ੀਏਟ ਕਰਦੇ ਸੀ ਫ੍ਰੀ ਟ੍ਰੇਡ ਉਦੋਂ ਵੀ ਸਾਨੂੰ ਐਗਜ਼ੈਂਪਸ਼ਨ ਮਿਲੀ ਹੈ ਤਾਂ ਅਸੀਂ ਹੁਣ ਵੀ ਉਸ ਐਗਜ਼ੈਂਪਸ਼ਨ ਲਈ ਫਾਈਟ ਕਰ ਰਹੇ ਹਾਂ ਜੀ ਪਰ ਜਦੋਂ ਤੋਂ ਪ੍ਰੈਜ਼ੀਡੈਂਟ 트੍ਰੰਪ ਨੇ NAFTA ਦੀ ਗੱਲ ਛੇੜੀ ਹੈ ਉਦੋਂ ਤੋਂ ਇਹ ਜਿਹੜੇ ਗੱਲਬਾਤ ਦੇ ਰਾਉਂਡਸ ਚੱਲ ਰਹੇ ਨੇ ਨਾਲ ਹੀ ਨਾਲ ਇਹ ਕਹਿ ਸਕਦੇ ਆ ਕਿ ਕੈਨੇਡਾ ਨੇ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਵੀ ਸ਼ੁਰੂ ਕੀਤਾ ਜਿਵੇਂ ਯੂਰੋਪੀਅਨ ਕੰਟਰੀ ਕੰਟਰੀਜ਼ ਨਾਲ ਟ੍ਰੇਡ ਦੀ ਸ਼ੁਰੂਆਤ ਹੋਈ ਬਟ ਡੂ ਕੈਨੇਡਾ ਸਟਿਲ ਨੀਡ NAFTA ਬਲਕੋ ਜੀ NAFTA ਇਸ ਸੋ ਇੰਪੋਰਟੈਂਟ ਇਟ ਇਜ਼ ਕ੍ਰਿਟੀਕਲ ਟੂ ਅ ਕਨੋਮੀ ਠੀਕ ਹੈ ਅਸੀਂ ਡਾਇਵਰਸੀਫਾਈ ਕਰ ਰਹੇ ਹਾਂ ਅਸੀਂ ਯੂਰਪ ਨਾਲ ਫ੍ਰੀ ਟ੍ਰੇਡ ਕੀਤੀ ਹੈ ਅਸੀਂ ਏਸ਼ੀਆ ਨਾਲ ਫ੍ਰੀ ਟ੍ਰੇਡ ਦੀ ਐਗਰੀਮੈਂਟ ਡੈਫੀਨਿਟ ਕੀਤੀ ਹੈ But fair is the number one market. And the mm -hmm. US is the number one market in Canada. 36 states, the number one customer is Canada. And top three customers for 49 states. Mm -hmm. So clearly, though it's a two way relationship. Mm -hmm. The US is the number one And so that's why NAFTA is important, not only to us, but to the United yes. States and to Mexico mm -hmm. as well. Uh, so, uh, you know, I think that. ਜਿਹੜੀ ਇਹ ਡੀਲ ਹੈ ਥਰੀ ਵੇ ਡੀਲ ਹੋਵੇ ਮੈਕਸੀਕੋ ਨਾਲ ਵੀ ਵਿੱਚ ਹੋਵੇ ਯੂ ਐਸ ਨਾਲ ਵੀ ਹੋਵੇ ਟ੍ਰਾਈਲੈਟਰਲ ਡੀਲ ਹੋਵੇ ਐਂਡ ਵੀ ਵਰਕ ਡੈਫੀਨਿਟਲੀ ਵਰਕਿੰਗ ਗੁੱਡ ਫੇਥ ਐਂਡ ਅਸੀਂ ਕੋਸ਼ਿਸ਼ ਕਰ ਰਹੇ ਕਿ ਸਾਡੇ ਬਿਜ਼ਨਸ ਦੇ ਅਸੀਂ ਚਾਹੁੰਦੇ ਕਿ ਡਿਫਰੈਂਟ ਮਾਰਕੀਟਸ 'ਚ ਜਾਣ ਬਟ ਵੀ ਸਟਿਲ ਵਾਂਟ ਟੂ ਮੇਕ ਸ਼ੋਰ ਦੇ ਹੈਵ ਗੁੱਡ ਐਕਸੈਸ ਟੂ ਦ ਯੂ ਐਸ ਐਸ ਵੈਲ ਜੀ ਯਾਨੀ ਨਾਫਟਾ ਦੀ ਜਿੰਨੀ ਲੋਡ ਕੈਨੇਡਾ ਨੂੰ ਹੈ ਉਨੀ ਯੂ ਐਸ ਨੂੰ ਵੀ ਹੈ ਤੁਹਾਡੇ ਨਾਲ ਐਸੇ ਸੰਬੰਧੀ ਗੱਲਬਾਤ ਜਾਰੀ ਰੱਖਾਂਗੇ ਪਰ ਫਿਲਹਾਲ ਲੈਨੇ ਆ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਗੱਲਬਾਤ ਚੱਲ ਰਹੀ ਹੈ ਮਿਨਿਸਟਰ ਨਵਦੀਪ ਪੈਂਸ ਦੇ ਨਾਲ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕੀਤੀ ਕਿ ਕੈਨੇਡਾ ਤੇ ਯੂਐਸ ਦੋਵਾਂ ਲਈ ਨਾਫਟਾ ਇੰਪੋਰਟੈਂਟ ਹੈ ਇਸ ਇਸੇ ਸੰਬੰਧੀ ਗੱਲਬਾਤ ਚੱਲ ਰਹੀ ਹੈ ਬਟ ਜਿਵੇਂ ਹੁਣ ਮੈਕਸੀਕੋ ਹੈ ਮੈਕਸੀਕੋ ਵੱਲ ਦੇਖਿਆ ਜਾਏ ਤਾਂ ਮੈਕਸੀਕੋ ਨੇ ਪਹਿਲਾ ਐਗਰੀਮੈਂਟ ਸਾਈਨ ਕਰ ਲੇਤੇ ਕੀ ਤੁਹਾਨੂੰ ਲੱਗਦਾ ਹੈ ਕਿ ਲੌਂਗ ਰਨਵੇ ਜਾ ਕੇ ਇਸ ਨਾਲ ਕੈਨੇਡਾ ਤੇ ਮੈਕਸੀਕੋ ਦੇ ਰਿਲੇਸ਼ਨਸ ਵਿੱਚ ਕੋਈ ਫਰਕ ਪੈ ਸਕਦਾ ਫਿਰ ਵੀ ਜਿਹੜੀ ਨਾਫਟਾ ਹੈ ਹਾਸ ਟੂ ਬੀ ਅ ਟ੍ਰਾਈਲੈਟਰਲ ਐਗਰੀਮੈਂਟ ਅੰਮ੍ਰਿਤਪਾਲ ਭਾਵੇਂ ਕਹਿਣ ਦਾ ਹੈ ਕਿ ਠੀਕ ਹੈ ਕਿ ਉਹਨਾਂ ਨੇ ਵੱਖਰੀਆਂ ਗੱਲਾਂ ਕੀਤੀਆਂ ਵੱਖਰੇ ਉਹਨਾਂ ਨੇ ਵਾਅਦੇ ਕੀਤੇ ਯੂਐਸ ਦੇ ਨਾਲ ਪਰ ਜੋ ਨੈਫਟਾ ਦੀ ਐਗਰੀਮੈਂਟ ਹੈ ਤਿੰਨੇ ਮੁਲਕਾਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਰਲ ਮਿਲ ਕੇ ਸਹਿਮਤ ਹੋਣਾ ਪੈਣਾ ਹੈ ਕਿ ਕਿਹੜੇ-ਕਿਹੜੇ ਚੇਂਜਸ ਉਹ ਚਾਹੁੰਦੇ ਆ ਸੋ ਸਾਡੇ ਸਾਡੀ ਸੋਚਣੀ ਦੇ ਵਿੱਚ ਠੀਕ ਹੈ ਕਿ ਉਹਨਾਂ ਦੇ ਆਪਸ ਦੇ ਵਿੱਚ ਇਸ਼ੂ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਚੰਗੀ ਚੀਜ਼ ਆ ਕਿਉਂਕਿ ਉਹਨਾਂ ਹੁਣ ਅਸੀਂ ਅੱਗੇ ਜਾ ਸਕਦੇ ਆ ਵੀ ਕੈਨ ਮੂਵ ਫੋਰਵਰਡ व मेकिंग प्रोग्रेस क्योंकि यू एस न काफ़ी मेहनत कर रहे पर यू एस तो मैक्सीको न बहुत लिंक सर स्पैशली आटोमोटिव सैक्टर जि इशू ओरिजिन अवर्जा ਜਿਹੜੀ ਆਪਣੀ ਗੱਡੀ ਬਣਦੀ ਹੈ ਵਹੀਕਲ ਬਣਦੀ ਆ ਔਰ ਇਹ ਵਿੱਚ ਜਿਹੜੇ ਪਾਰਟਸ ਕਿੰਨੇ ਪਰਸੈਂਟੇਜ ਨਾਰਥ ਅਮਰੀਕਾ ਦੇ ਵਿੱਚ ਬਣਨੇ ਚਾਹੀਦੇ ਆ ਸੋ ਹੁਣ ਅੱਜ ਕੱਲ ਦੀ ਜਿਹੜੀ ਰੈਗੂਲੇਸ਼ਨ 62.5% ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਵਧਾਉਣਾ ਚਾਹੁੰਦੇ 70% ਤੱਕ ਉਸ ਤੋਂ ਵੀ ਜ਼ਿਆਦਾ ਵਧਾਉਣਾ ਚਾਹੁੰਦੇ ਆ ਸੋ ਸਾਡੇ ਲ ਬਰੋਕੇ ਫॉर दैट ਕਿਉਂਕਿ ਸੀ ਇੰਡਸਟਰੀ ਨਾਲ ਗੱਲਬਾਤ ਕੀਤੀ ਆ ਐਂਡ ਓਵਰ ਆਲ ਸਾਡੀ ਜਿਹੜੀ ਲੋਕਲ ਸਪਲਾਈ ਚੇਨ ਹੈ ਉਸ ਚੀਜ਼ ਨੂੰ ਮੇਨਟੇਨ ਕਰ ਸਕਦੀ ਆ ਐਂਡ ਸਾਡੇ ਜਿਹੜੇ ਵੀਕਲਸ ਆ ਕਿ ਇਨਸਟਾਲ ਵੀ ਕੰਪੈਰੇਟਿਵ ਦੂਜੀ ਕਾਲੋਂ ਨੇ ਲੇਬਰ ਸਟੈਂਡਰਡ ਦੀ ਗੱਲ ਕੀਤੀ ਮੈਕਸੀਕੋ ਨਾਲ ਸਾਡਾ ਕੋਈ ਇਸ਼ੂ ਨਹੀਂ ਸਾਡੇ ਲੇਬਰ ਸਟੈਂਡਰਡਸ ਵੈਰੀ ਸਟਰੋਂਗ ਹੈ ਕੈਨੇਡਾ ਦੇ ਵਿੱਚ ਪਰ ਮੈਕਸੀਕੋ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਕਿਉਂਕਿ ਉਥੇ ਚੀਪ ਲੇਬਰ ਕਰਕੇ ਯੂਐਸ ਨੇ ਸਿੱਧਾ ਬੜਾ Uh, उन्होंने महसूस किया कि बहुत बड़ी प्रॉब्लम है so, सो उन्होंने उस चीज़ बारे भी मैक्सीको गलबात की सो दीज आर पॉजिटिव डिवेलपमेंट्स सो सा सामने मेताबिक है कि यह चंगी चीज़ है कि उन्होंने mm. so, well. तो यू एस ने इदी इशूज़ ने आपस में गल कर ली है हम अस इकट्ठे बैठ के गल करते हैं वी ऑल हैव टू अग्री एंड मूव फॉरवर्ड एंड सो वी हैव वेरी गुड रिलेश विद यू एस ऑफ एंड ऑलसो विद मैसीको एस वै जी ऑटोमोटिव सैक्टर की जिम्मे गल की ऑटोमोटिव सैक्टर इट सैल्फ कैनेडा लहत ਤਵਜਹ ਰੱਖਤਾ ਹੈ ਬਟ ਜੇ ਨਾਫਟਾ ਵਿੱਚ ਕੁਝ ਚੇਂਜਸ ਆਉਂਦੇ ਨੇ ਯਾ ਫਿਰ ਨਾਫਟਾ ਡੀਲ ਸੀਰੇ ਨਹੀਂ ਚੜਦੀ ਯਾ ਫਿਰ ਚੜਦੀ ਵੀ ਹੈ ਤਾਂ ਆਟੋਮੋਟਿਵ ਸੈਕਟਰ ਵਿੱਚ ਅਸੀਂ ਕੀ ਚੇਂਜਸ ਦੇਖ ਸਕਦੇ ਹਾਂ ਸੋ ਜੇ ਨਹੀਂ ਚੜਦੀ ਅ ਖੁਦਾ ਕਰੇ ਕਿ ਸਮ ਹਾਉ ਨਾਫਟਰ ਜਿਹੀ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਆ ਤਾਂ 트ੰਪ ਕਿਸ ਤਰ੍ਹਾਂ ਦਾ ਟੈਰਫ ਲਾ ਦਿੰਦਾ ਯਾ 232 ਉਹਦਾ ਨੁਕਸਾਨ ਬਹੁਤ ਸਾਨੂੰ ਪਹੁੰਚਦਾ ਹੈ ਤਾਂ ਯੂਐਸ ਨੂੰ ਵੀ ਜੀ ਫਾਰ ਐਗਜ਼ਾਮਪਲ ਜੇ ਉਹ 25% ਵੇਅਕੋਸੇ ਟੈਰਫ ਲਾਉਂਦਾ ਹੈ ਸੋ ਜਿਹੜੀ ਵਹੀਕਲ ਦੀ ਜਿਹੜੀ ਕਾਸਟ ਹੈ ਕਾਫੀ ਵਾਧੀ ਇੱਕਦਮ ਜੋ ਕਾਸਟ ਵਾਧੀ ਡਿਮਾਂਡ ਡੇਕਦੀ ਹੈ ਤੇ ਜੋ ਡਿਮਾਂਡ ਡੇਕਦੀ ਹੈ ਪ੍ਰੋਡਕਸ਼ਨ ਘਟਦੀ ਤੇ ਜੌਬਸ ਤੇ ਬੜਾ ਨੁਕਸਾਨ ਹੁੰਦਾ ਹੈ ਸੋ ਵੀ ਵਿਲ ਸੀ 1000ਸ 10000ਸ ਆਫ ਜੌਬਸ ਲਾਸਟ ਇਨ ਕੈਨੇਡਾ ਐਂਡ ਇਨ ਦੀ ਯੂ ਐਸ ਐਸ ਆਲਸੋ ਜੀ ਮੈਂ ਆਪਣੇ ਗਵਰਨਰ ਸ਼ਾਇਰ ਨਾਲ ਗੱਲ ਕੀਤੀ ਸੀ ਦੋ ਹਫ਼ਤੇ ਪਹਿਲਾਂ ਦ ਗਵਰਨਰ ਫਰਮ ਮਿਸ਼ੀਗਨ ਆਰ ਨੰਬਰ 1 ਟ੍ਰੇਡਿੰਗ ਪਾਰਟਨਰ ਐਟ ਅ ਸਟੇਟ ਲੈਵਲ ਵਨ ਇਟ ਕਮਸ ਟੂ ਦੀ ਆਟੋਮੋਟਿਵ ਸੈਕਟਰ ਜੀ ਐਂਡ ਉਹ ਕਹਿਆ ਸੀਗਾ ਕਿ ਜੇ ਇੱਕ ਸਰ ਦਾ ਸਿਨੈਰੀਓ ਬਣ ਜੇ ਜਿੱ is sirf sanuni one of the both in terms of production and in job losses as well so this is one challenge But j i see nafta na Renegotiate car again, then I think we have a great opportunity to work together on the car of the future. So a lot of efforts around autonomous vehicles, smart cities, connected vehicles, um, electric vehicles. Uh, so idhan the to work with the US so we can build the car of the future here in Canada as well. Because in Canada the automotive sector is very strong. The even 5 lakh directly indirectly automotive sector which comes and saadco five oems we yeah, five major car manufacturers itea mm -hmm. on teriyadebech so small businesses the suppliers is support cardea 40 academic institutions do research so we have a very strong mm -hmm. system very strong ecosystem uh, and so nafta mm -hmm. to will modernize Hyundai as we move forward mm -hmm. the automotive sector will continue to play a big role in our economy ਜੀ ਪਰ ਕਾਫੀ ਮਹੀਨੇ ਤੋਂ ਅਸੀਂ ਦੇਖ ਰਿਹਾ ਕਿ ਨਾਫਟਾ ਸੰਬੰਧੀ ਨੇਗੋਸ਼ੀਏਸ਼ਨਸ ਚੱਲ ਰਹੀਆਂ ਨੇ ਮਿਨਿਸਟਰ ਕ੍ਰਿਸਟਿਆ ਫਰੀਡੈਂਡ ਲਗਾਤਾਰ ਵਾਸ਼ਿੰਗਟਨ ਹੈਗੇ ਨੇ ਉਧਰ ਬਟ ਇੱਕ ਡੈਡਲਾਈਨ ਅਸੀਂ ਕ੍ਰੋਸ ਕਰ ਚੁੱਕਿਆ ਸੈਕਿੰਡ ਡੈਡਲਾਈਨ ਵੀ ਆਰ ਅਬਾਊਟ ਟੂ ਰੀਚ ਥੈਟ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਇਹ ਗੱਲਬਾਤ ਕਿਤੇ ਸਿਰੇ ਚੜ ਸਕਦੀ ਹੈ ਲਕ ਵੀ ਰੇਮੇਨ ਆਪਟਿਮਿਸਟਿਕ ਕਿਉਂਕਿ ਅਸੀਂ ਟੇਬਲ ਤੇ ਬੈਠੇ ਹਾਂ ਜੇ ਤੁਸੀਂ ਟੇਬਲ ਤੇ ਨਾ ਬੈਠੀ ਹੋਈਏ ਫੇ ਓਖਾ ਹੈ ਪਰ ਜੇ ਤੁਸੀਂ ਬੈਠ ਕੇ ਹਰ ਰੋਜ਼ ਗੱਲਬਾਤ ਕਰਦੇ ਆ ਤੁਸੀਂ ਹਰ ਰੋਜ਼ ਆਪਣੇ ਜਿਹੜੇ ਡਿਫਰੈਂਸਿਸ ਨੇ I think the progress definitely, uh, um, you know, there is a lot of progress being made, but at the same time, it's very difficult to say that as three negotiate are being Because there are 80-90% things are solved. There are 10% things are a dispute. Uh, ਰੈਜ਼ੋਲੂਸ਼ਨ ਮੈਕਨਿਜ਼ਮ ਦੀ ਗੱਲ ਕੀਤੀ ਚੈਪਟਰ 19 ਸਨਸੈਟ ਕਲਾਸ ਦੀ ਗੱਲ ਕੀਤੀ ਹੈ ਇਹ ਫੇ ਆਣ ਕੇ ਸਟਿਕਿੰਗ ਪੁਆਇੰਟਸ ਬਣ ਜਾਂਦੇ ਆ ਕਦੀ ਕਦੀ ਇਹ ਵੈਰੀ ਕੁਇਕਲੀ ਵੀ ਰਿਜ਼ੋਲਵ ਹੋ ਸਕਦੇ ਕਦੀ ਕਦੀ ਸਮਾਂ ਵੀ ਲਾ ਜਾਂਦਾ ਹੈ ਸੋ ਦੈਟਸ ਵਾਈ ਡਿਫਿਕਲਟ ਟੂ ਸੇ ਐਗਜ਼ੈਕਟਲੀ ਕਿਹੜੇ ਦਿਨ ਜਾਂ ਕਿਹੜਾ ਮਹੀਨੇ ਦੇ ਵਿੱਚ ਇਹ ਅਸੀਂ ਰਿਜ਼ੋਲਵ ਕਰ ਲਵਾਂਗੇ ਪਰ ਅਸੀਂ ਬੈਠੇ ਆ ਆਪਣੀ ਮਿਨਿਸਟਰ ਫ੍ਰੀਲੈਂਡ ਪਿਛਲੇ ਹਫਤੇ ਵੀ ਉੱਥੇ ਸੀਗੀ ਵਾਸ਼ਿੰਗਟਨ ਦੇ ਵਿੱਚ ਐਮਬੈਸਡਰ ਦੇ ਨਾਲ ਐਨ ਆਰ ਟੀਮ ਐਸ ਹਫਤੇ ਵੀ ਆ ਸੋ ਇਟਸ ਲੁਕਿੰਗ ਵੈਰੀ ਪੋਜ਼ਿਟਿਵ ਜੀ ਜਿੱਥੇ ਅਸੀਂ ਆਟੋਮੋਟਿਵ ਸੈਕਟਰ ਇਹ ਚੈਪਟਰ 19 ਦੀ ਗੱਲ ਕਰ ਰਹੇ ਹੁਤੇ ਜੇ ਡੇਰੀ ਫਾਰਮਿੰਗ ਵੱਲ ਦੇਖੀ ਤਾਂ ਜੇਰੀ ਫਾਰਮਿੰਗ ਨੂੰ ਤੁਹਾਨੂੰ ਲੱਗਦਾ ਹੈ ਸਰਕਾਰ ਨੂੰ ਲੱਗਦਾ ਹੈ ਕਿ ਉਸ ਨੂੰ ਅਸੀਂ ਐਜ਼ ਅ ਬਾਰਗੇਨ ਚਿਪ ਵਰਤਿਆ ਜਾ ਸਕਦਾ ਹੈ ਸੋ ਡੋਨਲਡ ਟਰੰਪ ਨੇ ਕਾਫੀ ਫੋਕਸ ਕੀਤਾ ਸਪਲਾਈ ਮੈਨੇਜਮੈਂਟ ਤੇ ਵਿੱਚ ਉਹ ਉਹਨੂੰ ਆਪਣੇ ਇਸ ਸੈਕਟਰ ਤੇ ਕਾਫੀ Uh, उन्हें अपना जोर भी लाया तो बयान भी दे रहा है असी जी फैक्ट्स डिस्प्ले करते हैं कि जे यू एस के बच्चे यू एस पर कि बिकता है ऑलरेडी कि मार्केट एक्सैस हैगी काफ़ी वो ट्रेड सरपलस हैगी डेरी प्रोडक्ट्स के नाल सो so, यू you नो know, असी समझ नहीं पाए कि इश्यूज़ की आ काते साक्टर पिछे जा रहे ਤਾਂ ਕਰ ਕਿਸੇ ਬਾਤ ਕਰਨੇ ਗੱਲ ਕਰਨ ਨੂੰ ਤਿਆਰ ਆ ਕਿ ਲੋਕ ਜੇ ਤੁਸੀਂ ਗੱਲ ਕਰਨੇ ਚਾਹੁੰਦੇ ਆ ਸਪਲਾਈ ਮੈਨੇਜਮੈਂਟ ਬਾਰੇ ਜੇ ਡੇਰੀ ਸੈਕਟਰ ਬਾਰੇ ਕੀ ਇਸ਼ੂਜ਼ ਆ ਤੇ ਕਿੱਦਾਂ ਸੀ ਰਿਜ਼ੋਲਵ ਕਰ ਸਕਦੇ ਆ ਪਰ ਆਈ ਥਿੰਕ ਕਿ ਓਵਰਆਲ ਜਿਹੜਾ ਮੇਨ ਇਸ਼ੂ ਆ ਜੇ ਸਾਡੇ ਸਾਹਮਣੇ ਮਤਲਬ ਜਿੱਥੇ ਅਸੀਂ ਰੈਡ ਲਾਈਨ ਡਰਾ ਕੀਤੀ ਆ ਇਟ ਇਜ਼ ਡੈਫਨਿਟਲੀ ਓਨ ਦਾ ਡਿਸਪੂਟ ਮੈਕਨਿਜ਼ਮ ਅਸੀਂ ਚਾਹੁੰਦੇ ਆ ਕਿ ਕੱਲ ਨੂੰ ਕੋਈ ਪ੍ਰੋਬਲਮ ਆਵੇ ਸਗੋਂ ਕੋਈ ਕਾਨੂੰਨੀ ਤੌਰ ਤੇ ਰੂਲਜ਼ ਆ ਲਾ कोई सिस्टमैटिक अप्रोच होगी जितने चल रही रही है बट नाउंटेन पाइपलाइन उसका इशू भी एक सामने आ रहा है क्योंकि जो कोर्ट वालों चैलेंज किया गया yeah. अपना फैसला जो सुनाया गया बट उसके तो बाद भी सरकार दृढ़ कि इस फैसले अगर जाएगा हाल ही ਵਿੱਚ ਪ੍ਰਾਈਮ ਮਿਨਿਸਟਰ ਦੀ ਗੱਲਬਾਤ ਹੋਈ ਪ੍ਰੀਮੀਅਰ ਨਾਲ ਅਲਬਰਟਾ ਦੀ ਤੇ ਹੁਣ ਅਸੀਂ ਇਸ ਮੁੱਦੇ ਨੂੰ ਕਿੱਦੇ ਕਿਤੇ ਅੱਗੇ ਜਾਂਦਾ ਹੋਇਆ ਵੇਖ ਰਹੇ ਹਾਂ ਸੋ ਜਿਹੜੀ ਟ੍ਰਾਂਸਮਰਟਨ ਪਾਈਪਲਾਈਨ ਹੈ ਜਦੋਂ ਅਸੀਂ ਖਰੀਦੀ ਸੀ ਅਸੀਂ ਉਹਦਾ ਇਸ ਕਰਕੇ ਖਰੀਦੀ ਸੀ ਕਿਉਂਕਿ ਅਸੀਂ ਵੈਰੀ ਕਲੀਅਰਲੀ ਆਰਟੀਕੂਲੇਟ ਕੀਤਾ ਇਸ ਨਾਲ ਨੈਸ਼ਨਲ ਇੰਟਰਸਟ 99.9% ਜਿਹੜਾ ਸਾਡਾ ਓਇਲ ਐਂਡ ਗੈਸ ਆ ਗੋਸ ਟੂ ਦਾ ਯੂ ਐਸ ਵੀ ਨੀਡ ਟੂ ਡਾਇਵਰਸੀਫਾਈ ਆਰ ਮਾਰਕੀਟਸ ਸੋ ਇਹ ਜਿਹੜੀ ਪਾਈਪਲਾਈਨ ਹੈ ਬਿਲਡ ਕਰਨੀ ਬਹੁਤ ਹੀ ਜ਼ਰੂਰੀ ਆ And so, Canadians understand that. But at the same time, We have obligations to the indigenous population mm -hmm. to consult them properly. We have a duty to consult. We have obligations around environmental assessment as well. As you only we underestimate ni Unfortunately, previous process, As you know, samandhi koshish kiti. But you can do better. Judges ne you can do better. So we will do better. ਅਸੀਂ ਡੈਫਨਿਟਲੀ ਕਨਸਲਟ ਕਰਾਂਗੇ ਅਸੀਂ ਡੈਫਨਿਟਲੀ ਜਿਹੜੇ ਇਸ਼ੂਜ਼ ਹਨ ਉਹਨੇ ਰੇਜ਼ ਕੀਤੇ ਉਹਨਾਂ ਨੂੰ ਡਰੈਸ ਕਰਾਂਗੇ ਪਰ ਸਾਡੇ ਮਨ ਦੀ ਅੱਜ ਇਹੀ ਤਮੰਨਾ ਆ ਸਾਡੀ ਇਹੀ ਐਕਸਪੈਕਟੇਸ਼ਨ ਹੈ ਕਿ ਇਹ ਪਾਈਪਲਾਈਨ ਅਸੀਂ ਬਿਲਡ ਕਰਾਂਗੇ ਐਂਡ ਵੀ ਵੂ ਕੰਟੀਨਿਊ ਟੂ ਵਰਕ ਵਿਦ ਅਲਬਰਟਾ ਵਿਦ ਬ੍ਰਿਟਿਸ਼ ਕੋਲੰਬੀਆ ਵਿਦ ði ਇੰਡੀਜਨਸ ਲੀਡਰਸ਼ਿਪ ਐਂਡ এনਵਾਇਰਨਮੈਂਟਲ ਗਰਪਸ ਐਸ ਵੈਲ ਜੀ ਵਾਪਸ ਮੁੜ ਕੇ ਨਾਫਟਾ ਤੇ ਆਣਾ ਨਾਫਟਾ ਸੰਬੰਧੀ ਗੱਲਬਾਤ ਚੱਲ ਰਹੀ ਹੈ 네ਗੋਸ਼ੀਏਸ਼ਨਸ ਚੱਲ ਰਹੀ ਹੈ ਬਟ ਇਹਦਾ ਹੁਣ ਲੋਕਾਂ ਨੂੰ ਕੀ ਫਾਇਦਾ ਇਹਦਾ ਨਿਸ਼ਾਨਾ ਅਸੀਂ ਕੀ ਮੰਨ ਸਕਦੇ ਹਾਂ ਐਂਡ ਤੇ ਜਾ ਕੇ ਕਿਥੇ ਇਹ ਨਾਫਟਾ ਸਮਾਪਤ ਹੁੰਦਾ ਸੋ ਇਹ 1988 ਦੇ ਵਿੱਚ ਵੀ ਡਿਬੇਟ ਚੱਲਿਆ ਸੀਗਾ ਨਾਫਟਾ ਬਾਰੇ ਜਿਹੜਾ ਫਾਇਦਾ ਕੀ ਹੈ ਅਮ ਐਂਡ ਅਸੀਂ ਉਹ ਤਕਰੀਬਨ 25 ਸਾਲ ਦੇਖ ਚੁੱਕੇ ਹਾਂ ਨਾਫਾ ਤੋਂ ਬਾਅਦ ਕੀ ਫਾਇਦਾ ਹੈ ਸਾਡੀ ਇਕਨੋਮੀ ਕਾਫੀ ਗਰੋ ਹੋਈ ਹੈ ਸਾਡੇ ਅਪ ਐਕਸਪੋਰਟਸ ਵੀ ਕਾਫੀ ਗਰੋ ਹੋਏ ਹੈ ਤੇ ਬਾਟਮ ਲਾਈਨ ਹੈ ਕਿ ਨਾ ਜੌਬਸ ਬਹੁਤ ਕ੍ਰੀਏਟ ਹੋਈਆਂ ਜਦੋਂ ਹੀ ਸਾਡੀ ਸਰਕਾਰ ਬਣੀ ਹੈ ਤਕਰੀਬਨ 6 ਲੱਖ ਤੋਂ ਉੱਪਰ ਜੌਬਸ ਕ੍ਰੀਏਟ ਹੋਈਆਂ ਸਾਡੀ ਇਕਨੋਮੀ 3% ਤੋਂ ਓਵਰ ਚੱਲ ਰਹੀ ਹੈ ਪਿਛਲੇ 7 ਲੱਖ ਦੀ ਗਰੋਥ ਯੂ ਐਸ ਕਿਉਂਕਿ ਸਟਰੋਂਗ ਹੈ ਯੂ ਐਸ ਦਾ ਮਾਰਕੀਟ ਸਟਰੋਂਗ ਹੈ ਸੋ ਵਨ ਯੂ ਐਸ ਇਜ਼ ਡੂਇੰਗ ਵੈਲ ਵੀ ਡੂ ਵੈਲ ਸੋ ਇਹ ਫਾਇਦਾ ਹੈ ਕਿਉਂਕਿ ਸਾਡੇ ਜਿਹੜੀ ਇਕਨੋਮੀ ਦੇ ਵਿੱਚ ਲੋਕਾਂ ਦੇ ਜਿਹੜੇ ਜੌਬਸ ਐ ਜੌਬ ਆਪਰਚੂਨਿਟੀਆਂ ਐ ਕਮਿਊਨਿਟੀਆਂ ਐ ਉਹਨਾਂ ਨੂੰ ਬੜਾ ਫਾਇਦਾ ਹੁੰਦਾ ਆ। ਵੀਰ ਟ੍ਰੇਡਿੰਗ ਨੇਸ਼ਨ 1 ਆਰ ਆਫ 8 ਜੌਬਸ ਇਸ ਕਨੈਕਟਿਡ ਟੂ ਟ੍ਰੇਡ। ਸੋ ਅਸੀ ਕਿਰਾ ਆਈਲੈਂਡ ਐ ਕਿਸ ਸਾਡੀ ਸਰ ਆਪਣੀ ਇਕਨੋਮੀ ਬਹੁਤ ਵੱਡੀ ਐ ਕਿ ਅਸੀਂ ਇਨਵਰਡ ਜੀ ਰਹ ਸਾਡੇ ਵੀ ਆਊਟਵਰਡ ਲੁਕਿੰਗ। ਅਸੀਂ ਯੂਰਪ ਨਾਲ ਵੀ ਕਾਰਦੇ ਆ, ਏਸ਼ੀਆ ਨਾਲ ਵੀ ਕਰਦੇ ਆ, ਸਾਊਥ ਅਮਰੀਕਾ ਨਾਲ ਵੀ, ਆਫਰੀਕਾ ਨਾਲ ਵੀ। ਅਸੀਂ ਕੋਈ ਵੀ ਕੋਈ ਵੀ ਦੁਨੀਆ ਦੇ ਵਿੱਚ ਕੋਨਾ ਨਹੀਂ ਛੜਜੇ ਤੇ ਅਸੀਂ ਬਿਜ਼ਨਸ ਨਹੀਂ ਕਰਦੇ। But the U.S. is by far the most important market. Seventy percent plus saudi uh, mm -hmm. trade is connected there. So further, the economy will continue to grow. Further, it is we will see uh, more jobs in the future as well. We are looking forward to it, and thank you so much for taking out your time and uh, talking to us. Thank, thank you, you so very much. much.